ਬਾਦਸ਼ਾਹ ਕਿ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਭੜਕੀ ਵੀ ਕੀ ਕਹਿਣਾ ਚਾਹੋਗੇ? ਭਾਈ ਮਾੜੀ ਗੱਲ ਹੈ, ਅਫਸੋਸਨਾਕ ਹੈ, ਇਹ ਨਹੀਂ ਹੋਣੀ ਚਾਹੀਦੀ। ਸਾਡਾ ਮੁਲਕ ਗੁਰੂਆਂ ਪੀਰਾਂ ਪੈਗੰਬਰਾਂ ਦਾ ਮੁਲਕ ਹੈ, ਜਿਨ੍ਹਾਂ ਨੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਸਤੇ ਬਹੁਤ ਕੁਛ ਕੀਤਾ, ਕੁਰਬਾਨੀ। ਇਹ ਪਹਿਲਾਂ ਵੀ ਗਿਆ ਅਤੇ ਬੜੀ ਖੁਸ਼ੀ ਹੈ। ਮੈਂ ਪ੍ਰਬੰਧਕਾਂ ਨੂੰ ਅਤੇ ਸਾਰਿਆਂ ਨੂੰ ਜੋ ਹਿੱਸਾ ਲੈ ਰਹੇ ਨੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ। ਕਰਤਾਰਪੁਰ ਸਾਹਿਬ ਸੰਗਤ ਜਾ ਰਹੀ ਹੈਗੀ ਹੈ, ਸੰਗਤ ਜਦੋਂ ਵਾਪਸ ਆਉਂਦੀ ਹੈਗੀ ਹੈ ਤਾਂ ਉਹਨਾਂ ਦੀ ਤਲਾਸ਼ੀਆਂ ਲੈ ਜਾਈਆਂ ਜਾ ਰਹੀਆਂ ਹੈਗੀਆਂ ਥਾਣਿਆਂ ਦੇ ਵਿੱਚ ਬਲਾਬ ਲਾ ਕੇ। ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ ਵੀ ਸੰਗਤਾਂ ਨੂੰ ਕਿਸ ਤਰ੍ਹਾਂ ਦਾ? ਨਹੀਂ, ਉੱਥੇ ਅਸਲ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ। ਵੇਖੋ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਗੁਰਦੁਆਰਾ ਸਾਹਿਬਾਨ ਜਿਹੜੇ ਉੱਧਰ ਰਹਿ ਗਏ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਅਤੇ ਕੋਈ ਪਾਸਪੋਰਟ ਨਹੀਂ ਹੋਣਾ ਚਾਹੀਦਾ ਕਿ ਇੰਨੀ ਕੁ ਤਾਂ ਜਗ੍ਹਾ ਉੱਥੇ ਕੰਟਰੋਲ ਕਰ ਲੈਣ, ਗੌਰਮੈਂਟਾਂ ਨੂੰ ਕੀ ਫਰਕ ਪੈਂਦਾ। ਬਸ ਨਵਜੋਤ ਸਿੱਧੂ ਜਿਹੜਾ ਹੈਗਾ ਅੱਜ ਸੋਨੀਆ ਗਾਂਧੀ ਨੂੰ ਮਿਲੇ ਆਪਣੀ ਸਰਕਾਰ ਦੇ ਖਿਲਾਫ ਹੀ, ਵੀ ਜਿਹੜਾ ਪੰਜਾਬ ਦੇ ਵਿੱਚ ਹੈ ਕਾਂਗਰਸ ਰਾਜ ਦੇ ਵਿੱਚ ਕੰਮਕਾਜ ਨੂੰ। ਹਾਂਜੀ, ਨਵਜੋਤ ਸਿੱਧੂ ਜਿਹੜੇ ਹੈਗੇ ਸੋਨੀਆ ਗਾਂਧੀ ਨੂੰ ਅੱਜ ਮਿਲੇ ਹੈਗੇ ਆਪਦੀ ਸਰਕਾਰ ਦੇ ਖਿਲਾਫ? ਸਾਡੀ ਸਲਾਹ, ਉਹਨਾਂ ਦੀ ਤਾਂ ਸਰਕਾਰ ਹੁਣ ਉਹਨਾਂ ਦੀ ਹੈ, ਸਾਡੀ ਤਾਂ ਹੀ ਨਹੀਂ। ਉਹਨਾਂ ਦਾ ਕਹਿਣਾ ਹੈਗਾ ਵੀ ਜਿਹੜੇ ਖਿਲਾਫ ਦੇ ਕੰਮ ਜਿਹੜੇ ਪੂਰੇ ਨਹੀਂ ਹੋਏਗੇ ਜੋ ਮੈਂ ਵੇਖੋ, ਮੈਂ ਹੁਣ ਇਹੋ ਜਿਹੀ ਗੱਲ ਨਹੀਂ ਕਰਨਾ ਚਾਹੁੰਦਾ। ਜਿੰਨਾ ਕੰਮ ਅਸੀਂ ਕੀਤਾ ਉਹਦਾ ਤਾਂ 1% ਵੀ ਨਹੀਂ ਕਰ ਸਕੇ। ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ, ਕਿੰਨੀਆਂ ਯਾਦਗਾਰਾਂ, ਕਿੰਨੇ ਡਿਵੈਲਪਮੈਂਟ, ਕਿੰਨਾ ਕੁਝ। ਕੱਲ ਨੂੰ ਆਪਦਾ ਨਵਾਂ ਬਜਟ ਪੇਸ਼ ਕਰਨ ਜਾ ਰਹੇ ਹੈਗੇ ਆ, ਕੀ ਲੱਗਦਾ ਹੈਗਾ ਵੀ ਆਪਣੇ ਵਾਅਦਿਆਂ ਤੇ ਖਰੇ ਉਤਰ ਸਕਣਗੇ? ਨਹੀਂ, ਉਹਨਾਂ ਨੇ ਕੀ ਕਰਨਾ ਜੀ, ਪੈਸਾ ਹੀ ਨਹੀਂ ਉਹਨਾਂ ਕੋਲ, ਹਿੰਮਤ ਹੀ ਨਹੀਂ, ਦਿਮਾਗ ਹੀ ਨਹੀਂ। ਇਹ ਕੰਮ ਗੌਰਮੈਂਟਾਂ ਦਾ ਚਲਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੁੰਦਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹੈਗੇ ਆ ਵੀ ਪੰਜਾਬ ਦੇ ਵਿੱਚ ਲਾਈਟ ਹੈਗੀ, ਦੂਜੀਆਂ ਨਾਲੋਂ ਸਸਤੀ ਦੇ ਰਹੇ ਹੈਗੇ ਆ, ਬਿਜਲੀ ਸਸਤੀ ਦੇ ਰਹੇ, ਕਿਹੜੀ ਸਸਤੀ ਦੇ ਰਹੇ? ਹਰ ਰੋਜ਼ ਤਾਂ ਵਧਾ ਦਿੰਦੇ ਸਰ। ਆਪਦੀ ਮਦਦ ਤਜਰਬੇ ਨੂੰ ਮੈਨੂੰ ਦੱਸੋ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ, ਤੁਸੀਂ ਆਪਦੀ ਕਿਰਿਆ ਦੇਣਾ ਚਾਹੋ? ਦੇਖੋ, ਮੈਥੋਂ ਬਣਾਉਣਾ ਹੋਏ ਤਾਂ ਮੈਂ ਬਣਾ ਦਿੰਦਾ, ਬਜਟ ਬੜਾ ਵਧੀਆ ਹੋਣਾ ਚਾਹੀਦਾ ਫਿਰ ਤੁਸੀਂ। ਉਹ ਲੋਕਾਂ ਦਾ, ਆਮ ਜਨਤਾ, ਗਰੀਬ ਦਾ ਉਹਦੇ 'ਚ ਸੁਧਾਰ ਹੋ। ਦੇਖੋ, ਸਾਡੇ ਗਰੀਬੀ ਬੜੀ ਹੈ, ਅਨਪੜ੍ਹਤਾ ਬੜੀ ਹੈ, ਬੇਰੁਜ਼ਗਾਰੀ ਬੜੀ ਹੈ, ਬੱਚੇ ਬਾਹਰ ਜਾ ਰਹੇ ਹੈ, ਇਹ ਸਾਰੀਆਂ ਚੀਜ਼ਾਂ ਦਾ ਹੱਲ ਕਰਨ ਵਾਸਤੇ ਬਜਟ ਹੋਣਾ ਚਾਹੀਦਾ। ਦੋ ਸਾਲ ਬੀਤ ਗਏ ਆ ਸਰਕਾਰ ਦੇ, ਜੋ ਉਹਨੇ ਵਾਅਦੇ ਕੀਤੇ ਸੀਗੇ, ਵਾਅਦੇ ਕਹਿੰਦੇ ਅਸੀਂ ਪੂਰੇ ਕਰ ਚੁੱਕੇ ਹਾਂ, ਨੌਕਰੀਆਂ ਦੇ ਚੁੱਕੇ ਹਾਂ। ਇੱਕ ਵੀ ਵਾਅਦਾ ਤੁਸੀਂ ਇੱਥੇ ਪੁੱਛ ਲਓ, ਕਿਸੇ ਨੌਕਰੀ ਮਿਲੀ? ਕਿਸੇ ਥਾਂ ਤੁਸੀਂ ਜਾਂਦੇ ਹੋ ਨਾਲ ਕਿਸੇ ਨੂੰ ਨੌਕਰੀ? ਇਹ ਵੀ ਜਿਵੇਂ ਦੂਜੇ ਵਾਅਦੇ ਕੀਤੇ ਸਨ ਗੁਰਦੁਆਰਾ ਸਾਹਿਬ ਅੱਗੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ, ਉਹ ਜੇ ਹੁਣ ਵਾਅਦੇ ਕਰ। ਕੈਪਟਨ ਨੇ ਕਿਸੇ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ, ਵਾਰਡ ਦਿੱਤਾ ਗਿਆ, ਕੀ ਲੱਗਦਾ ਵੀ ਵਾਰਡ ਸਹੀ? ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਦਾ। ਦਿੱਲੀ ਹਿੰਸਾ ਲੈ ਕੇ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਇਹ ਵੇਖੋ ਜੀ, ਮੈਂ ਜ਼ਿੰਮੇਵਾਰ ਕਿਸੇ ਨੂੰ, ਇਹ ਮਾੜੀ ਗੱਲ ਹੈ। ਸਾਰੀਆਂ ਪਾਰਟੀਆਂ, ਜਿੰਨੀਆਂ ਵੀ ਪਾਰਟੀਆਂ ਹਨ, ਉਹਨਾਂ ਨੂੰ ਜੋ ਸਾਡੇ ਵਿਧਾਨ 'ਚ ਲਿਖਿਆ ਹੈ, ਡਾਕਟਰ ਅੰਬੇਦਕਰ ਨੇ ਵਿਧਾਨ ਬਣਾਇਆ ਸੀ ਕਿ ਇਹਦੇ ਵਿੱਚ ਸੋਸ਼ਲਿਜ਼ਮ ਹੋਣਾ ਚਾਹੀਦਾ ਹੈ, ਬਗੈਰ ਮਤਲਬ ਕੋਈ ਇਹਦੇ 'ਚ ਬਰਾਬਰਤੀ ਦੀ ਗੱਲ ਹੋਣੀ ਚਾਹੀਦੀ ਹੈ, ਅਤੇ ਸੈਕੂਲਰਿਜ਼ਮ ਹੋਣਾ ਚਾਹੀਦਾ, ਧਰਮ ਨਿਰਪੱਖਤਾ, ਇਹ ਸਾਰੀਆਂ ਚੀਜ਼ਾਂ ਲਿਖੀਆਂ ਜੀ, ਗੁਰੂਆਂ ਨੇ ਲਿਖੀਆਂ, ਆਪਣੀ ਬਾਣੀ 'ਚ ਸਾਰਾ ਕੁਝ ਲਿਖਿਆ। ਚੰਗਾ ਚੰਗਾ। ਚਾਰ ਸ਼ਰਧਾਲੂ ਕਰਤਾਰਪੁਰ ਕੋਰੀਡੋਰ 'ਤੇ ਗਏ ਸੀਗੇ, ਉਹਨਾਂ ਨੂੰ ਇੰਟੈਲੀਜੈਂਸ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਤੁਹਾਡਾ ਕ੍ਰਿਮੀਨਲ ਰਿਕਾਰਡ ਆ, ਤੁਹਾਡੇ ਅੱਤਵਾਦੀਆਂ ਦੇ ਨਾਲ ਸੰਬੰਧ ਹੋ ਸਕਦੇ। ਯਾਰ, ਤੁਹਾਨੂੰ ਰੋਜ਼ ਹੈਗੀ ਗਲਤ ਬਿਆਨ ਹੈ, ਸਾਰਿਆਂ ਨੇ ਨਿੰਦਿਆ ਕੀਤੀ ਹੈ, ਉਹਨਾਂ ਦੇ ਆਪਣੇ ਕਾਂਗਰਸ ਦੇ ਮਿਨਿਸਟਰਾਂ ਨੇ ਵੀ ਨਿੰਦਿਆ ਕੀਤੀ। ਚੰਗਾ ਕਰੋ ਕੰਮ।